ਹਲ ਬੰਦਾ ਹੋਇਆ ਕਿਸਾਨ। ਅਰੇ ਕਹਿਣਾ ਕਿਆ ਚਾਹਤੇ ਹੋ? ਹਲ ਅੱਜ ਪਾਏ ਆ ਰੌਕ ਗਾਰਡਨ ਔਰ ਨੇਕ ਚੰਦ ਨੇ ਬਣਾ ਰੱਖਿਆ ਇਹ ਚੰਡੀਗੜ੍ਹ ਵਿੱਚ ਐਂਟਰੀ ਇੱਧਰੋਂ। ਲਓ ਜੀ ਰੌਕ ਗਾਰਡਨ ਐਂਟਰ ਹੋ ਗਏ ਆਪਾਂ। ਸਾਡਾ ਦੇਖੋ ਕਿੰਨਾ ਛੋਟਾ ਸਾਈਜ਼ ਹੈ, ਕੈਮਰਾ ਇੱਥੇ ਆ ਪਾਣੀ ਭਰਿਆ ਨੀ ਦੇਖਿਆ ਹਨਾ ਮੈਨੂੰ ਏਦਾਂ ਹੀ ਆ ਉਹ ਚੱਲ ਪਿਆ ਓਦਾਂ ਪਿਛਲੀ ਵਾਰ ਉਹ ਨੀ ਚੱਲਿਆ ਸੀ। ਸੋ ਇਸ ਤੋਂ ਬਾਅਦ ਜਿਵੇਂ ਕਿ ਆਪਾਂ ਨੀਚੇ ਉਤਰਦੇ ਨੇ ਔਰ ਸੀੜੀਆਂ ਤੋਂ ਨਾ ਦੇਖੋ ਕਿੰਦੂ ਲੰਘ ਰਿਹਾ ਆਪਣਾ ਬਲੌਗ ਬਣਾਉਂਦਾ ਜਾ ਰਿਹਾ ਅੱਗੇ ਜਾ ਕੇ ਇੱਧਰ ਕਿਹਾ ਇੱਧਰ। ਸੋ ਹਰਿਆਈ ਜੰਮ ਚੁੱਕੀ ਹੈ, ਪਾਣੀ ਚੱਲ ਰਿਹਾ ਐਂਡ ਸੋਹਣਾ ਦਿਖਾਉਣ ਲਈ ਸੋਹਣੀ ਕੀਤੀ ਹੋਈ ਹੈ। ਇੱਥੇ ਮੇਰੀ ਫੋਟੋ ਹੈ ਆਪਣੇ ਕਾਲਜ ਗਰੁੱਪ ਨਾਲ ਕੈਂਟ ਮੈਮਰੀਜ਼। ਬਹੁਤ ਟਾਈਮ ਬਾਅਦ ਆਇਆ, ਬਹੁਤ ਜ਼ਿਆਦਾ ਟਾਈਮ ਬਾਅਦ। ਝਰਨਾ ਦਿਖਾਇਆ ਹੋਇਆ ਬਹੁਤ ਪਿਆਰਾ, ਸੋਹਣਾ ਬਣਾ ਰੱਖਿਆ ਘੈਂਟ ਹੈ, ਨਾਈਸ। ਐਕਸਪਲੋਰ ਕਰਨ ਆਏ ਹਾਂ, ਦੇਖਦੇ ਹਾਂ ਐਕਸਪਲੋਰ ਕਰ ਪਾਉਂਦੇ ਹਾਂ। ਔਰ ਸੋ ਗਾਇਸ ਮੈਂ ਜਿੰਮ ਆ ਰਿਹਾ, ਮੇਰੇ ਮੋਢੇ ਫਸ ਗਏ ਨੇ, ਟਿੱਡਾ ਕਰਕੇ ਲੰਘਣਾ ਪਿਆ ਮੈਨੂੰ। ਓਹੋ ਹੋ ਹੋ, ਕਿਆ ਬਾਤ ਹੈ ਗਾਇਸ, ਬੱਬਲ ਗਮ ਲਾ ਦਿੱਤੀ ਕਿਸੇ ਨੇ। ਉਹ ਪੱਥਰ ਕਿੱਦਾਂ ਦਾ? ਕੋਲਾ, ਕੋਲਾ ਹੈ ਇਹ, ਕਾਲਾ ਕੋਲਾ ਹੈ। ਅਸੀਂ ਆ ਗਏ ਹਾਂ KGF ਦੀ ਕੋਲੇ ਖਾਂ ਚ। ਸੋ ਗਾਇਸ ਲਾਰ ਸਨ ਰੌਕੀ ਰੌਕੀ ਲੱਭ ਰਹੇ ਹੁਣ ਅਸੀਂ, ਪਿਆਰੀ ਜੀ ਆਵਾਜ਼ ਸੁਣਾਉਂਦੇ ਹਾਂ। ਜੋ ਕਿੰਨੀ ਸੋਹਣੀ ਆਵਾਜ਼ ਆ ਰਹੀ ਪਾਣੀ ਦੀ। ਸੋ ਨਾਲ ਨਾਲ ਇੱਥੇ ਵੋਇਸ ਕੈਂਸਟ੍ਰੇਸ਼ਨ ਦਾ ਪਤਾ ਲੱਗ ਜਾਂਦਾ ਕਿਉਂਕਿ ਇੰਨਾ ਸ਼ੋਰ ਸ਼ਰਾਬਾ ਹੈ ਔਰ ਪਾਣੀ ਦੀ ਆਵਾਜ਼ ਵੀ ਹੈ। ਸੋ ਮੇਰਾ ਮਾਈਕ ਵੀ ਟੈਸਟ ਹੋ ਰਿਹਾ ਨਾਲ ਦੀ ਨਾਲ। ਸੋ ਸਾਹਮਣੇ ਸੀਗੇ ਔਰ ਹੁਣ ਆਪਾਂ ਉੱਥੋਂ ਐਂਟਰ ਹੋ ਗਏ ਘੁੰਮ ਕੇ ਪਿੱਛੋਂ। ਆ ਲਓ ਜੀ ਸਿੱਧਾ ਵਿਊ ਚੈੱਕ ਕਰੋ, ਹਰ ਇੱਕ ਚੀਜ਼ ਸੀਮੈਂਟ ਨਾਲ ਬਣਾਈ ਹੋਈ ਹੈ ਔਰ ਕੋਈ ਵੀ ਚੀਜ਼ ਨੈਚੁਰਲ ਨਹੀਂ ਹੈ, ਸਾਰਾ ਕੁਛ ਆਪਾਂ ਹੁਣ ਇੱਥੋਂ ਲੰਘ ਰਹੇ ਹਾਂ। ਬਹੁਤ ਬਰੀਕ ਬਰੀਕ ਗਲੀਆਂ ਬਣਾ ਰੱਖੀਆਂ ਨੇ। ਸੋ ਆਹ ਜਿੰਨਾ ਵੀ ਬਣਿਆ ਹੋਇਆ ਸਾਰਾ ਕੱਚ ਦਾ, ਜੋ ਵੀ ਤੁਹਾਡੀ ਚੀਜ਼ ਹੁੰਦੀ ਹੈ ਕੱਪ ਟਰੇ ਔਰ ਜਿਵੇਂ ਕੇਟਲੀ ਵਗੈਰਾ ਹੋ ਗਈ, ਵਾਸ਼ ਮਸ਼ੀਨ ਹੋ ਗਿਆ। ਰਾਈਟ, ਸੋ ਲੋਕ ਇਹਨਾਂ ਨਾਲ ਫੋਟੋ ਕਰਾਉਣ ਆਉਂਦੇ। ਦੇਖੋ ਬਣਾਉਣ ਵਾਲਾ ਕੌਣ, ਤੈਨੂੰ ਪਤਾ ਹੀ ਹੈ ਨੇਕ ਚੰਦ। ਉਹੀ ਬਣਾ ਗਿਆ ਸਿਰਾ। ਸੋ ਓਕੇ ਆ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੰਘਰਸ਼ ਕਰਨਾ ਪੈ ਰਿਹਾ, ਕਿੰਨੇ ਛੋਟੇ ਛੋਟੇ ਰਸਤੇ ਨੇ। ਸੋ ਮੇਰਾ ਇੱਥੇ ਆਉਂਦੇ, ਇੱਥੇ ਮੇਰਾ ਮਾਈਕ ਹੈ ਐਂਡ ਇੱਥੋਂ ਨਿਕਲਣਾ ਪੈ ਰਿਹਾ। ਆਹ ਦੇਖੋ ਇੱਕ ਫਿਊਜ਼ ਦਾ ਪੂਰਾ ਸੈੱਟ ਲਾਇਆ, ਕਿਸੇ ਲੋੜ ਪੈ ਜਾਵੇ ਇੱਥੋਂ ਕੱਢ ਕੇ ਲੈ ਜਾਵੇ। ਸੋ ਦੇਖੋ ਕਿੰਨੇ ਨੈਰੋ ਰਸਤੇ ਨੇ ਜਾਂ ਕਿੰਨੇ ਛੋਟੇ ਬਣਾਏ ਹੋਏ ਨੇ, ਇੰਨਾ ਚੁੱਕ ਕੇ ਕ੍ਰੋਸ ਕਰਨਾ ਪੈਂਦਾ। ਔਰ ਮੇਰਾ ਬਾਈ ਕੈਮਰਾ ਮੈਨ ਨਾਲ ਬਿੰਦੂ, ਦੇਖੀ 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 ਕੋਇਨ ਪਾਉਂਦੇ ਨੇ, ਵਿਸ਼ ਮੰਗਦੇ ਨੇ, ਲਾਈਫ ਕੰਪਲੀਟ ਹੁੰਦੀ ਹੈ। ਸੋ ਇਸ ਕਰਕੇ ਇੱਥੇ ਥੋੜ੍ਹਾ ਪਾਣੀ ਰੱਖਦੇ ਨੇ ਕੋਇਨ, ਅੱਗੇ ਤਾਂ ਕਾਫੀ ਹੁੰਦੇ ਨੇ, ਅੱਜ ਬਹੁਤ ਥੋੜ੍ਹੇ ਨੇ ਕਿਉਂਕਿ ਹੁਣ ਸਫਾਈ ਕੀਤੀ ਹੋਣੀ ਨਵੀਂ ਨਵੀਂ। ਆਪਾਂ ਜਾ ਰਹੇ ਹਾਂ ਇਸ ਟਾਈਮ ਡੋਲ ਮਿਊਜ਼ੀਅਮ ਫੇਸ 3 ਵਿੱਚ, ਇੱਕ ਹੋਰ ਝਰਨਾ ਔਰ ਇਹ ਕੋਈ ਵੀ ਨੈਚੁਰਲ ਝਰਨਾ ਨਹੀਂ ਹੋਗਾ, ਪ੍ਰੋਜੈਕਟ ਚਲਾਇਆ ਜਾਂਦਾ ਇੱਥੇ ਐਂਡ ਸਾਰੇ ਇੱਥੇ ਬੈਠ ਕੇ ਦੇਖਦੇ ਨੇ, ਵਾਚ ਕਰਦੇ ਨੇ। ਸੋ ਫਿਲਹਾਲ ਇਹ ਬੰਦ ਹੈ ਔਰ ਕੋਈ ਫੈਸਟ, ਕਿਉਂਕਿ ਇੱਧਰ ਸਪੀਕਰ ਵਗੈਰਾ ਲਗਾ ਰੱਖੇ ਨੇ ਇਹਨਾਂ ਨੇ।
ਸੋ ਥੋੜ੍ਹਾ ਜਿਹਾ ਬਾਹਰ ਜਾ ਕੇ ਬਿਲਕੁਲ ਸਾਹਮਣੇ, ਸੋ ਇੱਥੇ ਕੰਟੀਨ ਹੈ, ਤੁਸੀਂ ਫੂਡ ਵਗੈਰਾ ਖਾ ਸਕਦੇ ਹੋ, ਇੱਥੇ ਡੈਕੋਰੇਸ਼ਨ ਕੀਤੀ ਹੋਈ, ਇਹਦੀ ਫੋਟੋ ਵਗੈਰਾ ਕਰਾ ਸਕਦੇ ਹੋ, ਫੋਟੋ ਲਈ ਇੱਕ ਨੰਬਰ ਹੈ, ਔਰ ਬੱਚਿਆਂ ਝੂਟਣ ਲਈ ਪਿੰਗ ਵਗੈਰਾ ਨੇ, ਸੋ ਤੁਸੀਂ ਅਗਰ ਥੱਕ ਗਏ ਹੋ, ਸੋ ਇਹ ਲਾਸਟ ਪੁਆਇੰਟ ਹੈ, ਇੱਥੇ ਆ ਕੇ ਤੁਸੀਂ ਆਪਣਾ ਝੂਲੇ ਵਗੈਰਾ ਲੈ ਕੇ ਰਿਲੈਕਸ ਹੋ ਕੇ, ਐਂਡ ਦੈਨ ਤੁਹਾਨੂੰ ਬੈਕ ਉੱਦਾਂ ਜਾਣਾ ਪੈਣਾ ਜਿੱਥੇ ਤੁਹਾਨੂੰ ਦਿਖਾਇਆ ਸੀਗਾ ਫੇਸ 3, ਬਿਲਕੁਲ ਸੇਮ ਉਹੀ ਰੂਟ ਹੈ, ਐਂਡ ਉੱਥੇ ਜਾ ਕੇ ਐਗਜ਼ਿਟ ਪੁਆਇੰਟ ਤੋਂ ਐਗਜ਼ਿਟ, ਸੋ ਇਹ ਤੁਹਾਡਾ ਰਿਲੈਕਸਿੰਗ ਏਰੀਆ ਔਰ ਲਾਸਟ ਪੁਆਇੰਟ, ਅਗਰ ਤੁਸੀਂ ਇੱਥੇ ਘੁੰਮੇ ਆਏ ਤਾਂ ਵੈਲ ਐਂਡ ਗੁੱਡ, ਔਰ ਇਹ ਪਹਿਲਾਂ ਓਪਨ ਹੀ ਹੁੰਦਾ ਸੀਗਾ, ਸੋ ਹੁਣ ਓਪਨ ਕੀਤਾ, ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ, ਕਲਚਰ ਦਿਖਾਇਆ ਗਿਆ, ਔਰ ਇੱਧਰ ਓਲਡ ਸਾਰਾ ਮਿੱਟੀ ਦਾ ਬਣਾਇਆ ਹੋਇਆ, ਉਹ ਪੁਰਾਣੇ ਜ਼ਮਾਨੇ ਲਿਪਿਆ ਹੁੰਦਾ ਸੀ ਜਿਵੇਂ, ਉਸ ਤਰ੍ਹਾਂ ਦਾ ਬਣਾ ਰੱਖਿਆ ਰੌਕ ਗਾਰਡਨ ਦੇ ਅੰਦਰ, ਦੇਖੋ ਗਾਈਸ ਬਿਲਕੁਲ ਆਪਣੇ ਪਿੰਡਾਂ ਵਾਲਾ ਕੰਮ ਦਿਖਾਇਆ ਗਿਆ, ਝੌਂਪੜੀ ਲੋਕ ਬੈਠੇ ਨੇ, ਬੱਚੇ ਖੇਡ ਰਹੇ ਨੇ ਦਿਖਾਇਆ ਗਿਆ, ਕਲਚਰ ਪ੍ਰਮੋਟ ਕੀਤਾ ਗਿਆ ਇੱਕ ਤਰ੍ਹਾਂ ਦਾ, ਬਹੁਤ ਸੋਹਣਾ ਬੈਂਗਲ ਸ਼ੋਪ ਹੋ ਗਈ, ਜਿਵੇਂ ਦੁੱਧ ਕੱਢਿਆ ਜਾ ਰਿਹਾ ਭੈਂਸ ਦਾ, ਮੱਝ ਦਾ, ਐਂਡ ਬਰਾਤ ਜਾ ਰਹੀ ਹੈ ਬੈਂਡ ਬਾਜੇ, ਪਿੱਛੇ ਡੋਲੀ ਦੂਰੀ ਆ ਰਹੀ ਹੈ, ਪਿੱਛੇ ਡੋਲੀ ਦੂਰੀ ਆ ਰਹੀ ਹੈ, ਐਂਡ ਬੈਠੇ ਨੇ ਬਾਬੇ, ਔਰ ਅੱਗੇ ਸ਼ੇਸ਼ ਇਹਨਾਂ ਦੇ ਆਲੇ ਦੁਆਲੇ, ਅੱਗੇ ਪੁੱਛਣ ਵਾਲੇ ਆ ਵੀ ਬਾਬਾ ਜੀ, ਨਹੀਂ ਦਾੜੀ ਅਤੇ ਲਾ ਦੀ ਥੋੜ੍ਹੀ, ਆਹ ਪਾਥੀਆਂ ਦਿਖਾਈਆਂ ਗਈਆਂ, ਸੋ ਆਹ ਖੇਤ ਬਣਦਾ ਹੋਇਆ ਹਲ ਨਾਲ ਕਿਸਾਨ ਕਹੀ ਪਈ ਹੈ, ਬਹੁਤ ਸੋਹਣਾ ਕਲਚਰ ਦਿਖਾਇਆ ਗਿਆ, ਸੋ ਆਰਟ ਐਂਡ ਮਿਊਜ਼ੀਅਮ ਗੈਲਰੀ ਸੀ, ਔਰ ਫਿਲਹਾਲ ਤਾਂ ਖਾਲੀ ਹੈ, ਅੰਦਰ ਕੁਛ ਵੀ ਨਹੀਂ ਰਿਹਾ, ਇੱਥੇ ਫੋਟੋ ਕਲੈਕਸ਼ਨ ਕਰਾਉਣ ਲਈ, ਐਂਡ ਹੁਣ ਆਪਾਂ ਇੱਥੋਂ ਹੋ ਰਹੇ ਐਗਜ਼ਿਟ ਬਾਹਰ ਜਾ, ਸੋ ਇੱਧਰ ਮੌਕੀ ਬਿਠਾਏ ਹੋਏ ਨੇ ਸਾਰੇ, ਹਾਥੀ ਨਾਲੋਂ ਬੜੇ ਉਹ ਗਾਈ ਨਹੀਂ ਕਿਤੇ, ਤੁਸੀਂ ਆਪਣਾ ਕਚਰਾ ਵਿੱਚ ਪਾਓ, ਐਂਡ ਦੈਨ ਇਹ ਲੈ ਕੇ ਜਾਊਂਗੀ, ਲੈ ਕੇ ਜਾਊਂਗੀ, ਆਹ ਦੇਖੀ, ਆਹ ਦੇਖੀ ਇੱਥੇ ਬੈਠੇ ਨੇ, ਕਿਹੜੀਆਂ ਮੋਏ ਮੋਏ ਇਹ ਮੋਰ ਨੇ, ਸੋ ਚੂੜੀਆਂ ਨਾਲ ਬਣਾਏ ਰੱਖੇ ਨੇ ਇਹ, ਉਹ ਗ੍ਰੀਨ ਚੂੜੀਆਂ, ਸੋ ਕਲਰਫੁਲ ਚੂੜੀਆਂ, ਬਹੁਤ ਸਾਰੇ ਮੋਏ ਮੋਏ ਕਰਦੇ ਹੋਏ, ਸੀਗਾ ਰੌਕ ਗਾਰਡਨ ਦਾ, ਐਂਡ ਹੁਣ ਐਗਜ਼ਿਟ ਹੋ ਰਹੇ ਹਾਂ ਆਪਾਂ, ਸੋ ਐਗਜ਼ਿਟ ਹੋ ਗਏ ਹਾਂ, ਸੋ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਟੂਰ, ਕਮੈਂਟ ਕਰਕੇ ਜ਼ਰੂਰ ਦੱਸਿਓ, ਐਂਡ ਦੈਨ ਮਿਲਦੇ ਹਾਂ ਨੈਕਸਟ ਵੀਡੀਓ 'ਚ, ਗੁੱਡ ਨਾਈਟ, ਟੇਕ ਕੇਅਰ, ਉਹਨਾਂ ਊਂਠ ਦੀ ਸਵਾਰੀ ਕਰਨੀ ਮੈਂ, ਸੋ ਆਪਾਂ ਜਾ ਰਹੇ ਹਾਂ, ਊਂਠ ਬਿਠਾ ਲਿਆ, ਔਰ ਹੁਣ ਪਿੰਦੂ ਚੜੂੰਗਾ ਇਹਦੇ 'ਤੇ, ਨਹੀਂ ਨਹੀਂ ਬਸ, ਸੋ ਬੈਠ ਗਿਆ ਪਿੰਦੂ, ਔਰ ਕਿਵੇਂ ਫੀਲ ਆ ਰਿਹਾ ਪਿੰਦੂ,